गुरदासपुर संगलपुरा रोड से मौजूद मनदीप कन्फेक्शनरी की फैक्टरी दी विच देर रात शॉर्ट सर्कट कारण अचानक अग लग गई। जदों तक अग उत्ते लोगों वालों काबू पाया गया तद तक अग विच सड़ के 20 लाख रुपए का नुकसान हो गया। पीड़ित दुकान मालिक जगदीप अते परत खदड़सी अमित कुमार ने दसिया कि देर रात अचानक फैक्टरी अंदरों अग लग गई अते अग दियां लपटां उठन लगियां। फायर ब्रिगेड नूं इतलाह कीता गया पर फायर ब्रिगेड मौके ते पहुंची नहीं अते लोकां वल्लों ही अग उत्ते काबू पाया गया, लेकिन फायर ब्रिगेड की लापरवाही कारण 20 लाख रुपए सड़ के सुआह हो गए। जेकर फायर ब्रिगेड आ जाती तो नुकसान तो बचा हो जाता सी। ਸਰ ਮੈਨੂੰ ਫੋਨ ਆਇਆ ਸੀ, ਉੱਧਰ ਕਿਰਾਏਦਾਰ ਰਹਿੰਦੇ ਨਾ ਦੁਕਾਨ ਦੇ ਨਾਲ, ਅਤੇ ਉਹਨਾਂ ਨੇ ਫੋਨ ਕੀਤਾ ਹੈ ਕਿ ਬੜਾ ਧੂੰਆਂ ਜਿਹਾ ਨਿਕਲਣ ਡਿਆ ਸ਼ਟਰ 'ਚੋਂ, ਜੇ ਤੁਹਾਡੇ ਕੋਲ ਨੰਬਰ ਹੈਗਾ ਤਾਂ ਤੁਸੀਂ ਫੋਨ ਕਰ ਦਿਉ। ਮੇਰੇ ਕੋਲ ਨੰਬਰ ਹੈਗਾ ਜੀ ਭਾਈ ਦਾ, ਮੈਂ ਫੋਨ ਕੀਤਾ, ਮੈਂ ਵੀ ਆਇਆ ਥੋੜ੍ਹੀ ਦੇਰ ਬਾਅਦ, ਫਿਰ ਬਾਲਟੀ ਨਾਲ ਪਾਣੀ ਨਾਲ ਫਿਰ ਅੱਗ ਬੁਝਾਈ, ਅੱਗ ਮਤਲਬ ਕਾਫੀ ਵੱਧ ਗਈ ਸੀ ਗਾਂਹ ਤੱਕ। ਕਿੰਨਾ ਨੁਕਸਾਨ ਹੋਇਆ? ਨੁਕਸਾਨ ਤਾਂ ਵਾਹਵਾ 15-20 ਲੱਖ ਦਾ ਹੋ ਗਿਆ। ਕਾਹਦਾ ਕੰਮ ਚੱਲਦਾ ਜੀ? ਮੇਰਾ ਸਰ ਕਰਿਆਨੇ ਦੀ ਦੁਕਾਨ ਆ, ਇੱਥੇ ਲੇਸ ਕੁਰਕਰਿਆਂ ਦਾ ਹੋਲਸੇਲ ਦਾ ਕੰਮ ਆ। ਅੱਗ ਭਾਜੀ ਸ਼ਾਰਟ ਸਰਕਟ ਨਾਲ ਲੱਗੀ ਹੈ ਤੇ ਕੋਈ 11:30 ਵਜੇ ਮੈਂ ਆਇਆ ਸੀ, ਜਦੋਂ ਪਤਾ ਲੱਗਾ ਫੋਨ ਕੀਤਾ ਸੀ ਕਿਸੇ ਨੇ ਸਾਹਮਣਿਓ, ਤੇ ਫਿਰ ਆ ਕੇ ਆਪੇ ਹੀ ਭਜਵਾਈ ਆ, ਪਾਣੀ ਪੂਣੀ ਸੁੱਟ ਕੇ। ਫਾਇਰ ਬ੍ਰਿਗੇਡ ਨੇ ਫੋਨ ਨਹੀਂ ਚੁੱਕਿਆ, ਫਿਰ ਜਾ ਕੇ ਉਹਨਾਂ ਨੂੰ ਲਿਆਂਦਾ ਵੀ ਹੈਗਾ, ਉਦੋਂ ਅੱਗ ਬੁਝ ਗਈ ਸੀ। ਤੇ ਕਿਹੜੀ ਫੈਕਟਰੀ ਹੈ, ਕੀ ਕੰਮ ਚੱਲਦਾ? ਲੇਸ ਕੁਰਕਰੇ। ਤੇ ਫਿਰ ਕਿਸ ਤਰ੍ਹਾਂ ਅੱਗ ਬੁਝਾਈ ਗਈ? ਆਪੇ ਬਾਲਟੀਆਂ ਨਾਲ। ਫਾਇਰ ਬ੍ਰਿਗੇਡ ਕਿਉਂ ਨਹੀਂ ਆਈ? ਫਾਇਰ ਬ੍ਰਿਗੇਡ ਨੇ ਫੋਨ ਹੀ ਨਹੀਂ ਚੁੱਕਿਆ। ਫੋਨ ਨਹੀਂ ਚੁੱਕਿਆ ਨਾ। ਕਿੰਨਾ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਤੁਸੀਂ ਦੇਖ ਲਓ, 3 ਟੈਂਪੂ ਜੇ ਤੇ ਬਾਕੀ ਕੋਈ 40-50% ਸਟਾਕ ਦਾ। ਗੱਡੀ ਵੀ ਆ ਗਈ? ਗੱਡੀ ਆ ਲੱਗੀ ਸਾਹਮਣੇ। ਟੋਟਲ ਕਿੰਨਾ ਨੁਕਸਾਨ ਹੋਇਆ ਤੁਹਾਡਾ? ਟੋਟਲ ਤੁਸੀਂ 4-4 ਲੱਖ ਦੀ ਗੱਡੀ ਲਾ ਲਓ ਜੀ, 12 ਲੱਖ ਦੀਆਂ ਤਾਂ ਗੱਡੀਆਂ ਹੀ ਹੈ ਤੇ ਬਾਕੀ ਕੋਈ 4-5 ਲੱਖ ਰੁਪਏ ਦਾ ਦੂਜਾ ਸਮਾਨ ਲਾ। 20 ਲੱਖ ਰੁਪਏ ਲੱਗਦਾ। ਇੱਕ ਪੂਰਾ ਕੈਬਿਨ ਹੋ ਗਿਆ ਉਹ ਸਾਹਮਣੇ। ਕੀ ਮੰਨਦੇ ਹੋ ਕੀ ਹੋਇਆ, ਕਿੱਦਾਂ ਘਟਨਾ ਕਿੱਦਾਂ ਵਾਪਰੀ? ਇੱਕ ਘਟਨਾ ਭਾਜੀ ਸ਼ਾਰਟ ਸਰਕਟ ਹੀ ਹੋਇਆ।